ਨਵਰਾਤਰੇ ਦੇ ਪਹਿਲੇ ਦਿਨ ਸਾਲਾ ਸਿਰ ਪੱਲੂ ਜਾਣ ਵਾਲੇ ਸ਼ਰਧਾਲੂਆਂ ਨੂੰ ਥਾਣਾ ਮੁਖੀ ਨੇ ਕੀਤਾ ਜਾਗਰੂਕ। ਲਾਈਨੇ ਲਗੀ ਹੋਈ ਹੈ ਬਾਬਾ ਕੇ ਸਾਲਾ ਸਰ ਧਾਮ ਦੀ ਤਰਫ ਔਰ ਹਨੂਮਾਨਗੜ੍ਹ ਰੋਡ ਇੱਕਦਮ ਇੱਕਦਮ ਰੰਗੀਨ ਹੋਈ ਪੜੀ ਹੈ, ਲਾਲ ਓਮ ਲਾਲ ਜੀ। ਸਭ ਬਾਬਾ ਕੇ ਭਗਤ ਲਗਾਤਾਰ ਸਾਲਾ ਸਰ ਜਾ ਰਹੇ ਹੈ। ਸਭ ਤੋਂ ਪਹਿਲਾਂ ਪਾਣੀ ਦੀ ਸੁਵਿਧਾ ਹੈਗੀ ਹੈ, ਤੋਂ ਉਸ ਤੋਂ ਬਾਅਦ ਰੈਸਟ ਦੀ ਵੀ ਸੁਵਿਧਾ ਹੈਗੀ ਹੈ, ਇੱਥੇ ਆਰਾਮ ਕਰ ਸਕਦੇ ਹਾਂ। ਇਹਨਾਂ ਨੇ ਦੱਸਿਆ ਜੀ ਵੀ ਇਹ ਪੱਟੀ ਥੱਲੇ ਚੱਲਣਾ ਜੀ, ਵੀ ਬਾਬੇ ਦੇ ਜਾ ਰਹੇ ਕਿਸੇ ਦੀ ਘਟਨਾ ਨਾ ਹੋ ਜਾਏ। ਗੱਡੀਆਂ ਪਾਰਕਿੰਗ ਕਰਨੀਆਂ ਜਿਹੜੀਆਂ ਸਾਈਡ ਤੇ ਕਰੋ, ਸਾਰੇ ਜਿਹੜੇ ਜਾਪ ਚਲੋ, ਛੋਟੇ ਛੋਟੇ ਬੱਚੇ ਆ ਇੱਕ ਸੜਕ ਤੇ ਨਾ ਬੈਠੇ, ਕਈ ਵਾਰੀ ਬੱਚੇ ਆਰਾਮ ਕਰਨ ਲਈ ਸੜਕ ਤੇ ਬੈਠ ਜਾਂਦੇ ਆ, ਕੁਝ ਖਾਣਾ ਪਰਮਾਤਮਾ ਤੁਹਾਡਾ ਸਾਥ ਬਹੁਤ ਬਹੁਤ ਸਾਥ ਦੇਊਗਾ, ਤੁਸੀਂ ਰੱਬ ਦੇ ਘਰ ਚੁੱਕੇ ਹੋ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਹੋਰ ਤੋਂ ਹਨੂਮਾਨਗੜ੍ਹ ਰੋਡ, ਇਸ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਬਾਬਾ ਜੀ ਦੇ ਭਗਤ ਆ, ਇਸ 'ਤੇ ਯਾਤਰਾ ਹੋਈ ਆ, ਸ਼ੁਰੂ ਹੋਈ ਆ, ਉਹਨਾਂ ਦੀ ਹੈਲਪ ਲਈ ਹਰ ਤਰ੍ਹਾਂ ਦਾ ਅਸੀਂ ਸੰਭਵ ਯਤਨ ਕਰ ਰਹੇ ਹਾਂ, ਅਤੇ ਉਹਨਾਂ ਨੂੰ ਮੁਬਾਰਕਾਂ ਵੀ ਦਿੱਤੀਆਂ SSP ਸਾਹਿਬ ਵੱਲੋਂ, ਸਾਡੇ ਵੱਲੋਂ, ਵੀ ਉਹਨਾਂ ਦੀ ਯਾਤਰਾ ਪਰਮਾਤਮਾ ਸਫਲ ਕਰੇ। ਅਬੋਹਰ ਤੋਂ ਰਾਜਸਥਾਨ ਦੇ ਧਾਰਮਿਕ ਸਥਾਨ ਸਾਲਾਸਰ ਅਤੇ ਪੱਲੂ ਧਾਮ ਦੇ ਲਈ ਵੱਡਾ ਜਥਾ ਪੈਦਲ ਯਾਤਰਾ ਲਈ ਰਵਾਨਾ ਹੋਇਆ। ਇਸ ਦੌਰਾਨ ਪਿੰਡ ਬਹਾਵਲਵਾਲ ਨੇੜੇ ਪੁੱਜਣ 'ਤੇ ਥਾਣਾ ਮੁਖੀ ਰਵਿੰਦਰ ਸਿੰਘ ਨੇ ਸ਼ਰਧਾਲੂਆਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਗਰੂਕ ਕੀਤਾ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਤੋਂ ਸਾਲਾਸਰ ਧਾਮ ਅਤੇ ਪੱਲੂ ਧਾਮ ਦੀ ਪੈਦਲ ਯਾਤਰਾ ਲਈ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਰਾਜੂ ਚਰਾਈਆ, ਮੰਗਤ ਵਰਮਾ, ਸੋਨੂ ਸ਼ਰਮਾ, ਗੋਪੀ ਸੋਖਲ ਸੈਦਵਾਲੀ ਆਦਿ ਸਣੇ ਵੱਡਾ ਜਥਾ ਰਵਾਨਾ ਹੋਇਆ, ਜਿਨ੍ਹਾਂ ਨੂੰ ਪਿੰਡ ਬਹਾਵਾਲਾ ਵਿਖੇ ਪੁੱਜਣ 'ਤੇ ਥਾਣਾ ਮੁਖੀ ਰਵਿੰਦਰ ਸਿੰਘ ਨੇ ਸਮੂਹ ਸ਼ਰਧਾਲੂਆਂ ਨੂੰ ਧਾਰਮਿਕ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਦੀ ਯਾਤਰਾ ਸਫਲ ਹੋਣ ਦੀ ਅਰਦਾਸ ਕੀਤੀ। ਉਹਨਾਂ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਪੈਦਲ ਜਥਾ ਆਵਾਜਾਈ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਲੀ ਪੱਟੀ ਤੋਂ ਸਾਈਡ ਹੋ ਕੇ ਚੱਲੇ ਤਾਂ ਜੋ ਕੋਈ ਵੀ ਸੜਕ ਹਾਦਸਾ ਨਾ ਵਾਪਰੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਰਾਤ ਸਮੇਂ ਵੀ ਵਿਸ਼ਰਾਮ ਦੌਰਾਨ ਜਥਾ ਸੜਕ ਤੋਂ ਪਾਸੇ ਹਟ ਕੇ ਹੀ ਆਰਾਮ ਕਰੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ SSP ਫਜ਼ਲਕਾ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਧਾਰਮਿਕ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਫਜ਼ਲਕਾ ਪੁਲਿਸ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਸਾਲਾਸਰ ਜਾ ਰਹੇ ਹੋ, ਕਿਆ ਮੈਸੇਜ ਦੋਗੇ ਔਰ ਕਿਆ ਕਾਮਨਾ ਕਰੋਗੇ ਅਬੋਹਰ ਸ਼ਹਿਰ ਵਾਸੀਓ ਕੇ ਲਈ? ਜੀ ਐਸੇ ਲੱਗ ਰਿਹਾ ਵੀ ਲਗਭਗ ਸਾਰਾ ਅਬੋਹਰ ਹੀ ਜਾ ਰਿਹਾ ਜੀ। ਲਾਈਨੇ ਲਗੀ ਹੋਈ ਹੈ ਬਾਬਾ ਕੇ ਸਾਲਾਸਰ ਧਾਮ ਦੀ ਤਰਫ ਔਰ ਹਨੂਮਾਨਗੜ੍ਹ ਰੋਡ ਇੱਕਦਮ ਇੱਕਦਮ ਰੰਗੀਨ ਹੋਈ ਪੜੀ ਹੈ, ਲਾਲ ਓਮ ਲਾਲ ਜੀ। ਸਭ ਬਾਬਾ ਕੇ ਭਗਤ ਲਗਾਤਾਰ ਸਾਲਾਸਰ ਜਾ ਰਹੇ ਹੈ। ਅੱਜ ਪਹਿਲਾ ਨਵਰਾਤਾ ਹੈ ਔਰ ਹਮ ਲੋਕ ਅਸ਼ਟਮੀ ਕੋ ਦੋਗ ਲਗਾਏਗੇ, ਦਸਮੀ ਕੋ ਦੋਗ ਲਗਾਏਗੇ ਬਾਬਾ ਕੀ। 10 ਦਿਨ ਕੀ ਪੈਦਲ ਯਾਤਰਾ ਹੈ ਔਰ ਸ਼ਹਿਰ ਕੀ, ਸਮਾਜ ਕੀ, ਦੇਸ਼ ਕੀ ਸੁਖ ਸ਼ਾਂਤੀ ਕੇ ਲੀਏ ਭਗਵਾਨ ਸਭ ਤੇ ਕਿਰਪਾ ਬਣਾਏ ਰੱਖੇ, ਭਗਵਾਨ ਸਭ ਕੋ ਭਗਤੀ ਦਾਨ ਪ੍ਰਦਾਨ ਕਰੇ ਔਰ ਸੇਵਾ ਦਾਨ ਪ੍ਰਦਾਨ ਕਰੇ। ਬਾਬਾ ਜੀ ਇਹ ਕਹਿਣਾ SHO ਥਾਣਾ ਪ੍ਰਭਾਰੀ ਬਾਬਾ ਵਾਲੇ ਕਿਹਾ ਉਹ ਵਿਸ਼ੇਸ਼ ਕਰਕੇ ਬਗਜਨੋ ਕੇ ਲੀਏ ਆਗੇ ਆਏ ਹੈ ਔਰ ਖੁਦ ਨੰਬਰ ਦੀਆ ਵੀ ਕੋਈ ਦਿੱਕਤ ਆਏ ਬਗਜਨੋ ਕੀ, ਔਰ ਲੋਕੋ ਕੋ ਜਾਗਰੂਕ ਵੀ ਕਰ ਰਹੇ ਹੈ ਵੀ ਸੜਕੋ ਸੇ ਸਾਈਡ ਹੋਕਰ ਨਿਕਲੇ, ਉਸ ਉਨਕੇ ਲੀਏ ਕਿਆ ਕਹਿਣਾ ਚਾਹੋਗੇ ਜੀ ਬਾਬਾ? ਉਨਕਾ ਵੀ ਧੰਨਵਾਦ, ਭਗਵਾਨ ਉਨਕੋ ਵੀ ਭਗਤੀ ਔਰ ਸਿਮਰਨ ਦੇ।
ਨਾਮ ਹੈ ਜੀ? ਅਭਿਸ਼ੇਕ ਕੁਮਾਰ ਜੀ। ਅੱਛਾ, ਜਿਹੜੀ ਇਹ ਬਗਜਣਾ ਵਾਸਤੇ ਲੰਗਰ ਲੈ ਗਿਆ, ਕਿਹੜੀ ਸੰਸਥਾ ਵੱਲੋਂ ਲੈ ਗਿਆ ਜੀ? ਫਰੀਦਪੁਰ ਕਟਿਆਣੀ ਤੋਂ ਜੀ। ਅੱਛਾ, ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਬਗਜਣਾ ਦੀ? ਸਰ ਮੈਡੀਕਲ ਦੀ ਸੁਵਿਧਾ ਹੈਗੀ ਆ, ਫਲ ਫਰੂਟ ਅਤੇ ਗੋਲ ਗੱਪੇ, ਬਿਸਕੁਟ, ਚਾਏ ਅਤੇ ਉਹ ਜਲ ਜੀਰਾ ਹੈਗਾ ਜੀ। ਠੀਕ ਹੈ, ਕੀ ਤੁਹਾਨੂੰ ਸੰਦੇਸ਼ ਦਿਓਗੇ ਜੀ? ਸਭ ਤੋਂ ਪਹਿਲਾਂ ਪਾਣੀ ਦੀ ਸੁਵਿਧਾ ਹੈਗੀ ਆ, ਤੋਂ ਉਸ ਤੋਂ ਬਾਅਦ ਰੈਸਟ ਦੀ ਵੀ ਸੁਵਿਧਾ ਹੈਗੀ ਆ, ਇੱਥੇ ਆਰਾਮ ਕਰ ਸਕਦੇ ਆ। ਆਪਣਾ ਰਜੀਵ ਸਿੰਘ ਜੀ। ਕਿੱਥੋਂ ਦੇ ਵਾਸੀ ਹੋ? ਚਾਲੀ ਵਾਲਾ ਬੋਤਲਾ ਜੀ। ਅੱਛਾ, ਇੱਕ ਸਾਹਿਬ ਨੇ, SHO ਸਾਹਿਬ ਨੇ ਜਾਗਰੂਕ ਕੀਤਾ, ਕੀ ਦੱਸਿਆ ਤੁਹਾਨੂੰ ਜੀ? ਇਹਨਾਂ ਨੇ ਦੱਸਿਆ ਜੀ ਵੀ ਇਹ ਪੱਟੀ ਤੋਂ ਥੱਲੇ ਚੱਲਣਾ ਜੀ, ਵੀ ਬਾਬੇ ਦੇ ਜਾ ਰਹੇ, ਕਿਸੇ ਦੀ ਘਟਨਾ ਨਾ ਹੋ ਜਾਵੇ। ਠੀਕ ਹੈ, ਚੰਗਾ ਲੱਗਿਆ ਸਾਹਿਬ ਦਾ ਸੁਝਾਅ। ਬਹੁਤ ਵਧੀਆ ਜੀ ਲੱਗਿਆ, ਬਹੁਤ ਵਧੀਆ। ਠੀਕ ਹੈ ਬਾਬੇ, ਮੇਰਾ ਨਾਮ ਜੀ ਕਰਨ। ਕਿੱਥੋਂ ਦੇ ਵਾਸੀ ਹੋ? ਅੱਛਾ, ਸਾਹਿਬ ਨੇ ਕੀ ਸਮਝਾਇਆ ਤੁਹਾਨੂੰ ਅੱਜ? ਇਹਨਾਂ ਨੇ ਦੱਸਿਆ ਚਿੱਟੀ ਲੈਣ ਤੋਂ ਇੱਧਰ ਚੱਲਣਾ। ਅੱਛਾ, ਹੁਣ ਸਾਲਾ ਸਾਹਿਬ ਜਾ ਰਹੇ ਹੋ? ਹਾਂਜੀ ਹਾਂਜੀ। ਅਤੇ ਫਿਰ ਚੰਗਾ ਲੱਗਿਆ ਬਾਬਾ? ਹਾਂਜੀ ਹਾਂਜੀ, ਮੈਂ ਕਹਿੰਦਾ ਆਨੰਦ ਆਇਆ। ਅਤੇ ਅੱਗੇ ਲੋਕਾਂ ਨੂੰ ਕੀ ਮੈਸੇਜ ਦਿਓਗੇ ਇਹਨਾਂ ਦਾ ਮੈਸੇਜ ਦਿੱਤਾ ਹੋਇਆ? ਆਏ ਵੀ ਚਿੱਟੀ ਲੈਣ ਤੋਂ ਇੱਧਰ ਚੱਲੇ। ਠੀਕ ਹੈ ਠੀਕ ਹੈ। ਅੱਜ ਤੁਸੀਂ ਜਿਹੜੇ ਭਗਤ ਸਿੰਘ ਜਿਹੜੇ ਸਾਲਾ ਸਰ ਪੱਲੂ ਚੱਲੇ ਆ, ਉਹਨਾਂ ਨੂੰ ਕਿਸ ਤਰ੍ਹਾਂ ਦਾ ਜਾਗਰੂਕ ਕੀਤਾ ਜਾ ਰਿਹਾ ਸਰ? ਅੱਜ ਜੀ ਜਿਹੜੀ ਇਹ ਰੋਡ ਆ, ਅਤੇ ਹੋਰ ਤੋਂ ਹਨੂੰਮਾਨਗੜ੍ਹ ਰੋਡ, ਇਸ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਬਾਬਾ ਜੀ ਦੇ ਭਗਤ ਆ, ਇਸ 'ਤੇ ਯਾਤਰਾ ਹੋਈ ਆ, ਸ਼ੁਰੂ ਹੋਈ ਆ। ਅੱਜ ਸਾਡੇ SSP ਸਾਹਿਬ, ਮਾਨਯੋਗ ਸਾਡੇ SSP ਸਾਹਿਬ ਦੀ ਗਾਈਡਲਾਈਨਾਂ ਸੀ ਵੀ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਉਹਨਾਂ ਦੀ ਹੈਲਪ ਕਰੋ, ਉਹਨਾਂ ਦੀ ਜੋ ਉਹਨਾਂ ਦੀ ਕੋਈ ਉਹਨੂੰ ਦੁੱਖ ਤਕਲੀਫ ਆ ਉਹ ਸੁਣੋ, ਇੱਕ ਉਹਨਾਂ ਨੂੰ ਅਵੇਅਰ ਕਰੋ ਵੀ ਜਿੰਨੇ ਵੀ ਭਗਤ ਆਉਂਦੇ ਆ, ਵੀ ਤੁਸੀਂ ਜਦੋਂ ਸੜਕ 'ਤੇ ਚੱਲਦੇ ਹੋ, ਜਾਪਦੇ 'ਚ ਵਾਈਟ ਲਾਈਨ ਤੋਂ ਪਾਸੇ ਕੋਈ ਐਸੀ ਦੁਰਘਟਨਾ ਨਾ ਹੋ ਜਾਵੇ ਵੀ ਜਿਹੜੀ ਕੋਈ ਆਪਾਂ ਨੂੰ ਇਹੋ ਜਿਹੇ ਜਿਵੇਂ ਬੱਚੇ ਆਉਂਦੇ ਆ ਨਾਲ ਇਹਨਾਂ ਦੇ, ਉਹ ਕਈ ਵਾਰੀ ਸੜਕ 'ਤੇ ਬੈਠ ਜਾਂਦੇ ਆ, ਉਹ ਇਹਨਾਂ ਬਾਰੇ ਵੀ ਇਹਨਾਂ ਨੂੰ ਜਾਣੂ ਕਰਾਇਆ। ਮੈਂ ਆਪਦਾ ਮੋਬਾਈਲ ਨੰਬਰ ਵੀ ਦਿੱਤਾ, ਸਾਰਾ ਕੁਛ ਦਿੱਤਾ ਵੀ ਇਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ। ਕਈ ਵਾਰੀ ਕੀ ਹੁੰਦਾ, ਜਿਹੜੇ ਲੰਗਰ ਲੱਗੇ ਆ ਇਹਨਾਂ ਸ਼ਰਧਾਲੂਆਂ ਵਾਸਤੇ, ਉਹ ਸੜਕ ਦੇ ਕਈ ਵਾਰੀ ਉੱਤੇ ਇਕੱਠ ਹੁੰਦੇ ਆ, ਉਹ ਸਾਰੇ ਅੱਜ ਪਾਸੇ ਹਟਾਉਂਦੇ ਆ, ਜਿੰਨੇ ਕੋਈ ਨਾਕਰ ਕਈ ਵਾਰੀ ਜਿਵੇਂ ਸਾਡੇ ਬੈਰੀਗੇਡ ਹੋਏ ਆ, ਉਹ ਅੱਗੇ ਕਰਕੇ ਬੈਰੀਗੇਡ ਲਾ ਦਿੰਦੇ ਆ। ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਇਸ ਤਰ੍ਹਾਂ ਦਾ ਕੁਛ ਨਾ ਕਰੋ ਜਿੱਥੇ ਜਾਮ ਲੱਗਣ। ਟ੍ਰੈਫਿਕ ਦੇ ਨਿਯਮਾਂ ਬਾਰੇ ਵੀ ਉਹਨਾਂ ਨੂੰ ਜਾਣੂ ਕਰਾਇਆ, ਉਹਨਾਂ ਦੀ ਹੈਲਪ ਲਈ ਹਰ ਤਰ੍ਹਾਂ ਦਾ ਅਸੀਂ ਸੰਭਵ ਯਤਨ ਕਰ ਰਹੇ ਹਾਂ, ਅਤੇ ਉਹਨਾਂ ਨੂੰ ਮੁਬਾਰਕਾਂ ਵੀ ਦਿੱਤੀਆਂ SSP ਸਾਹਿਬ ਵੰਨੀਓ, ਸਾਡੇ ਵੰਨੀਓ, ਵੀ ਉਹਨਾਂ ਦੀ ਯਾਤਰਾ ਪਰਮਾਤਮਾ ਸਫਲ ਕਰੇ। ਅੱਜ ਉਹਨਾਂ ਨੂੰ ਇਸ ਲਈ ਸਾਹਿਬ ਦੇ ਜੋ ਸਾਨੂੰ ਦਿਸ਼ਾ ਨਿਰਦੇਸ਼ ਸੀ, ਇਹਨਾਂ ਨੂੰ ਸਾਰਿਆਂ ਨੂੰ ਜਾਣੂ ਕਰਾਇਆ ਉਸ ਵਾਰ।